ਜੋ ਕੀਤੀਆਂ ਗਰੰਟੀਆਂ ਜੋ ਕਿਤੇ ਵਾਅਦੇ ਇੱਕ ਇੱਕ ਕਰਕੇ ਪੂਰਾ ਕਰ ਰਿਹਾ। ਜੇ ਆਪਾਂ ਹੈਲਥ ਸੇਵਾਵਾਂ ਦੀ ਗੱਲ ਕਰ ਲਈਏ ਅੱਜ ਮੁਹੱਲਾ ਕਲੀਨਿਕ, ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰ ਲਈਏ ਅੱਛੇ ਸਮਾਰਟ ਸਕੂਲ, ਜੇ ਆਪਾਂ ਬਿਜਲੀ ਦੀ ਗੱਲ ਕਰ ਲਈਏ, ਮੈਂ ਆਪਣੇ ਹਲਕੇ ਦੀ ਗੱਲ ਕਰਦਾ, ਮੇਰੇ ਹਲਕੇ ਦੇ 82% ਲੋਕਾਂ ਦੇ ਬਿੱਲ ਅੱਜ ਜ਼ੀਰੋ ਆ ਰਹੇ ਆ, ਇਹ ਸਾਡੀਆਂ ਉਪਲਬਧੀਆਂ ਨੇ। ਲੋਕ ਅੱਜ ਭੱਬਾਂ ਭਾਰ ਨੇ, ਤੁਸੀਂ ਜਲੰਧਰ ਦਾ ਇਲੈਕਸ਼ਨ ਦੇਖਿਆ ਹੀ ਆ, ਲੋਕਾਂ ਨੇ ਬੜਾ ਫਤਵਾ ਦਿੱਤਾ ਆਮ ਆਦਮੀ ਪਾਰਟੀ ਦੇ ਹੱਕ 'ਚ। ਆਉਣ ਵਾਲੇ ਟਾਈਮ 'ਚ ਦੇਖਣਾ ਪਾਰਲੀਮੈਂਟ ਦੇ ਇਲੈਕਸ਼ਨ ਆ ਜਾਣੇ ਨੇ, ਸਰਪੰਚਾਂ ਦੇ ਇਲੈਕਸ਼ਨ ਆ ਜਾਣੇ, ਕਾਰਪੋਰੇਸ਼ਨ ਇਲੈਕਸ਼ਨ ਆ ਜਾਣੇ। ਪੰਜਾਬ ਨੂੰ ਇੱਕ ਸੂਬਾ ਰੰਗਲਾ ਪੰਜਾਬ, ਜਿਹੜਾ ਪੰਜਾਬ ਦਾ ਸਾਡਾ ਸਪਨਾ ਹੈ ਸਾਡੇ ਮਾਨ ਸਾਹਿਬ ਦਾ, ਉਹ ਅਸੀਂ ਬਿਲਕੁਲ ਕੰਪਲੀਟ ਕਰਕੇ ਹਟਾਂਗੇ, ਕੋਈ ਐਸੀ ਗੱਲ ਨਹੀਂ। ਕੁਛ ਐਸੇ ਅਨਸਰ ਨੇ ਜਿਹੜੇ ਸਰਕਾਰ ਨੂੰ ਦਬਾਉਣਾ ਚਾਹੁੰਦੇ ਨੇ, ਸਰਕਾਰ ਨੂੰ ਚੁਕਾਉਣਾ ਚਾਹੁੰਦੇ, ਸਰਕਾਰ ਨਾਲ ਚੁੱਕਣ ਵਾਲੀ ਨਾ ਦੱਬਣ ਵਾਲੀ ਹੈ। ਔਰ ਸੀ ਐਮ ਸਾਹਿਬ ਨੇ ਸਿੱਧਾ ਮੀਟਿੰਗ ਕਰਕੇ ਵੀ ਔਰ ਪ੍ਰੈਸ ਤੁਹਾਡੇ ਮੀਡੀਆ ਰਾਹੀਂ ਵੀ ਲੋਕਾਂ ਨੂੰ ਮੈਸੇਜ ਦਿੱਤਾ ਕਿ ਕੋਈ ਐਸਾ ਆਦਮੀ ਜਿਹੜਾ ਇੱਕ ਚੌਂਕ ਦੇ ਵਿੱਚ ਕਿਸੇ ਲੁੱਟ ਸੁੱਟ ਕਰੇਗਾ, ਦੂਸਰੇ ਚੌਂਕ ਜਾਣ ਜੋਗਾ ਨਹੀਂ ਰਹੇਗਾ, ਜਾਂ ਤਾਂ ਉਹ ਸਰੰਡਰ ਕਰੇਗਾ ਨਹੀਂ ਤਾਂ ਫਿਰ ਜੋ ਵੀ ਸਜ਼ਾ ਉਹ ਦੇਵੇਗਾ। SIT ਨੇ ਬੁਲਾਇਆ ਅਤੇ ਨੈਚੁਰਲੀ ਕੋਈ ਤੱਥ ਹੋਣਗੇ ਤਾਂ ਹੀ ਬੁਲਾਇਆ, ਜੇ ਕੋਈ ਤੱਥ ਨਾ ਹੋਵੇ ਤਾਂ ਕੋਈ ਬੁਲਾਉਂਦਾ? ਇਹੀ ਗੱਲ ਤੁਹਾਡੇ ਤੋਂ ਪਹਿਲਾਂ ਤੁਹਾਡੇ ਕਾਂਗਰਸ ਦੇ MLA ਸਾਹਿਬ ਜਿਹੜੇ ਆਮ ਆਦਮੀ ਪਾਰਟੀ ਛੱਡ ਗਏ ਸੀ, ਖਹਿਰਾ ਸਾਹਿਬ, ਉਹ ਕਿਆ ਕਰਦੇ ਸੀ, ਅੱਜ ਕਿੱਥੇ ਨੇ? ਸਤਿ ਸ਼੍ਰੀ ਅਕਾਲ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ, ਮੈਂ ਕੁਲਵੰਤ ਸਿੰਘ ਸਨੋੜਵੀ ਸਵਾਗਤ ਕਰਦਾ। ਬੀਤੇ ਦਿਨੀ ਵਿਕਾਸ ਕ੍ਰਾਂਤੀ ਰੈਲੀ ਹੁੰਦੀ ਹੈ, ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਸ ਰੈਲੀ ਦਾ ਸੰਬੋਧਨ ਕਰਦੇ ਨੇ ਅਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚਦੇ ਨੇ। ਉਸ ਰੈਲੀ ਵਿੱਚ ਕੀ ਵਿਸ਼ੇਸ਼ ਰਿਹਾ ਅਤੇ ਉਸ ਰੈਲੀ ਨੂੰ ਲੈ ਕੇ ਕੀ ਪੰਜਾਬ ਸਰਕਾਰ ਵੱਲੋਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਅਤੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸੋ ਕੀ ਫਾਇਦਾ ਹੋਣਾ? ਉਸ ਬਾਰੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਹਲਕਾ ਉੱਤਰੀ ਤੋਂ ਲੁਧਿਆਣਾ ਦੇ ਮਦਨ ਲਾਲ ਬੱਗਾ ਜੀ, ਉਹਨਾਂ ਨਾਲ ਸਵਾਗਤ ਕਰ ਲੈਂਦੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਮੈਂ ਤੁਹਾਡਾ ਲੁਧਿਆਣਾ ਲਾਈਵ ਦੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਲੋਕਾਂ ਦੇ ਵਿੱਚ ਲਿਜਾਉਣ ਦਾ ਔਰ ਲੋਕਾਂ ਦੇ ਵਿੱਚ ਸੱਚਾਈ ਨੂੰ ਸਪਸ਼ਟ ਤੌਰ 'ਤੇ, ਲੋਕਾਂ ਦੀ ਸੱਚਾਈ ਸਾਡੀ ਸਰਕਾਰ ਤੱਕ ਔਰ ਸਰਕਾਰ ਦੇ ਜਿਹੜੇ ਕੰਮ ਦੀ ਉਪਲਬਧੀਆਂ ਨੇ ਉਹ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ, ਤੁਹਾਡਾ ਧੰਨਵਾਦ ਹੈ। ਸਰ, ਪਹਿਲੀ ਟਿੱਪਣੀ ਕੀ ਰਹੇਗੀ ਜੋ ਰੈਲੀ ਬੀਤੇ ਦਿਨ ਹੋਈ ਹੈ ਕਿ ਜਿਹੜਾ ਇੰਨਾ ਵੱਡਾ ਇਨਵੈਸਟਮੈਂਟ ਦਾ ਪ੍ਰੋਗਰਾਮ ਕੀਤਾ ਗਿਆ, ਦਿੱਲੀ ਦੇ CM ਸਾਹਿਬ ਆਏ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮੌਜੂਦ ਰਹੇ, ਕਾਫੀ ਵੱਡੀ ਰੈਲੀ ਹੋ ਕੇ ਉਹ ਨਿਬੜੀ ਹੈ, ਕੀ ਉਮੀਦਾਂ ਨੇ ਕਿ ਉਸ ਰੈਲੀ ਨੂੰ ਲੈ ਕੇ ਕੀ ਸਿਰਫ ਰੈਲੀ ਤੱਕ ਤਾਂ ਨਹੀਂ ਸੀਮਿਤ ਰਹੇ ਜੀ ਉਹ ਚੀਜ਼? ਐਕਚੁਅਲੀ ਅੱਜ ਤੋਂ 1.5 ਸਾਲ ਪਹਿਲੇ ਜੋ ਲੋਕਾਂ ਨੂੰ ਅਸੀਂ ਗਰੰਟੀਆਂ ਲੋਕਾਂ ਨੂੰ ਵਾਅਦੇ ਕੀਤੇ ਸੀ ਕਿ ਸਰਕਾਰ ਤੁਹਾਡੇ ਦੁਆਰ, ਸਰਕਾਰ ਤੁਹਾਡੇ ਘਰ ਘਰ ਪਹੁੰਚੇਗੀ, ਉਹੀ ਰਿਜ਼ਲਟ ਹੈ 1.5 ਸਾਲ ਵਿੱਚ, ਕਿਉਂਕਿ ਰਵਾਇਤੀ ਪਾਰਟੀਆਂ ਤਕਰੀਬਨ 70 ਸਾਲ ਰਾਜ ਕਰ ਗਈਆਂ, 75 ਸਾਲ ਰਾਜ ਕਰ ਗਈਆਂ, ਉਹਨਾਂ ਨੇ ਆਖਰੀ ਸਾਲ ਦੇ ਵਿੱਚ ਜਾ ਕੇ ਡਿਵੈਲਪਮੈਂਟ ਦੇ ਕੰਮ ਕਰਦੀਆਂ ਸੀਗੀਆਂ। ਆਖਰੀ ਸਾਲ ਜਦੋਂ ਲਾਸਟ ਮਹੀਨੇ ਰਹਿ ਜਾਂਦੇ ਸੀ, ਕੋਈ ਕੰਮ ਹੋ ਗਏ ਕੋਈ ਰਹਿ ਗਏ, ਜੋ ਉਹਨਾਂ ਦੇ ਵਾਅਦੇ ਹੁੰਦੇ ਸੀ, ਜੋ ਉਹਨਾਂ ਦਾ ਮੈਨੀਫੈਸਟੋ ਹੁੰਦਾ ਸੀ, ਲੋਕ 5 ਸਾਲ ਪਛਤਾਉਂਦੇ ਸੀ ਕਿ ਜਿਹੜੇ ਵਾਅਦੇ ਕਰਕੇ ਮੈਨੀਫੈਸਟੋ ਬਣਾ ਕੇ ਸਾਡੀਆਂ ਵੋਟਾਂ ਲੈ ਗਏ, ਉਹ ਵੋਟਾਂ ਤੋਂ ਅਸੀਂ ਪਾ ਕੇ ਬੜੀ ਵੱਡੀ ਗਲਤੀ ਕੀਤੀ ਹੈ। ਪਰ ਕਿਤੇ ਨਾ ਕਿਤੇ 1.5 ਸਾਲ ਦਾ ਟਾਈਮ ਹੋਇਆ, 1.5 ਸਾਲ ਦੇ ਟਾਈਮ ਦੇ ਵਿੱਚ ਜਿੰਨੀਆਂ ਗਰੰਟੀਆਂ ਜਿੰਨੇ ਵਾਅਦੇ ਕੀਤੇ ਸੀ ਅਸੀਂ ਲੋਕਾਂ 'ਚ ਲੈ ਕੇ ਗਏ ਹਾਂ। ਔਰ ਪਹਿਲੇ ਹੀ ਸਾਲ ਦੇ ਵਿੱਚ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਆਪ ਖੁਦ ਪੰਜਾਬ ਦੀ ਧਰਤੀ 'ਤੇ ਆ ਕੇ ਲੋਕਾਂ ਦੇ ਵਿੱਚ ਜੋ ਕੀਤੀਆਂ ਗਰੰਟੀਆਂ ਜੋ ਕਿਤੇ ਵਾਅਦੇ ਇੱਕ ਇੱਕ ਕਰਕੇ ਪੂਰਾ ਕਰ ਰਹੇ ਹਾਂ। ਜੇ ਆਪਾਂ ਹੈਲਥ ਸੇਵਾਵਾਂ ਦੀ ਗੱਲ ਕਰ ਲਈਏ ਅੱਜ ਮੁਹੱਲਾ ਕਲੀਨਿਕ, ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰ ਲਈਏ ਅੱਛੇ ਸਮਾਰਟ ਸਕੂਲ, ਜੇ ਆਪਾਂ ਬਿਜਲੀ ਦੀ ਗੱਲ ਕਰ ਲਈਏ, ਮੈਂ ਆਪਣੇ ਹਲਕੇ ਦੀ ਗੱਲ ਸਕਦਾ, ਮੇਰੇ ਹਲਕੇ ਦੇ 82% ਲੋਕਾਂ ਦੇ ਬਿੱਲ ਅੱਜ ਜ਼ੀਰੋ ਆ ਰਹੇ ਆ, ਇਹ ਸਾਡੀਆਂ ਉਪਲਬਧੀਆਂ ਨੇ। ਔਰ ਸਭ ਤੋਂ ਵੱਡੀ ਗਰੰਟੀ ਔਰ ਸਭ ਤੋਂ ਵੱਡਾ ਵਾਅਦਾ ਸੀਗਾ ਸਰਕਾਰ ਤੁਹਾਡੇ ਦੁਆਰ, ਉਹ ਅਸੀਂ ਪਿਛਲੀ ਜਿਹੜੀ ਰੈਲੀ ਤੁਸੀਂ ਗੱਲ ਕੀਤੀ ਆ ਉਸ ਦੇ ਵਿੱਚ 43 ਦੇ ਕਰੀਬ ਅਸੀਂ ਜਿਹੜੀਆਂ ਸਹੂਲਤਾਂ ਲੋਕਾਂ ਦੇ ਘਰ ਘਰ ਤੱਕ ਪਹੁੰਚਾਉਣ ਦੀ ਜੋ ਉਪਰਾਲਾ ਕੀਤਾ ਸਾਡੇ ਮਾਨ ਸਾਹਿਬ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੇ, ਉਹ ਬੜਾ ਸ਼ਲਾਘਾਯੋਗ, ਲੋਕਾਂ ਨੂੰ ਇੱਕ
ਅੱਛਾ ਹੁੰਗਾਰਾ ਮਿਲੇਗਾ, ਕਿਉਂਕਿ ਇਸ ਦੇ ਨਾਲ ਜੋ ਲੋਕਾਂ ਦੀ ਖੱਜਲ ਖਰਾਬੀ ਸੀ, ਜਿਹੜੇ ਲੋਕ ਜਾ ਕੇ ਤਹਿਸੀਲ ਦੇ ਵਿੱਚ DTO ਆਫਿਸ 'ਚ ਆਪਣਾ DC ਆਫਿਸ ਜਾ ਕੇ ਗੇੜੇ ਮਾਰਦੇ ਸੀ, ਜਾਂ ਪੈਨਸ਼ਨ ਲੈਣ ਦਾ ਪੈਨਸ਼ਨ ਦਾ ਸਿਸਟਮ ਸੀਗਾ ਸਾਡੇ ਲੋਕਾਂ ਨੂੰ, ਜੇ ਆਪਾਂ ਕਹਿ ਦਈਏ ਬੱਚਿਆਂ ਦੀ ਸ਼ਗਨ ਸਕੀਮ ਦਾ ਸਿਸਟਮ ਸੀਗਾ, ਜੇ ਡੈਥ ਕੇਸ ਸੀਗੇ ਪਲੱਸ ਆਪਣਾ ਬਰਥ ਸਰਟੀਫਿਕੇਟ ਸੀਗੇ, ਇਹ ਲੋਕਾਂ ਨੂੰ ਬੜੇ ਬੜੇ ਲੰਬੇ ਚੱਕਰ ਮਾਰਨੇ ਪੈਂਦੇ ਸੀ ਦਫ਼ਤਰਾਂ ਦੇ ਵਿੱਚ। ਅੱਜ ਇਹ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਤੁਸੀਂ ਹੋਰ 5-7-10 ਦਿਨ ਦੇ ਵਿੱਚ ਦੇਖੋਗੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਸਰ ਜਿਹੜੀ ਆਪਾਂ ਇਕੱਲਾ ਕਹਿ ਲਈਏ ਜਿਹੜਾ ਹੈਲਥ ਸਿਸਟਮ ਆ, ਜਿਵੇਂ ਮੁਹੱਲਾ ਕਲੀਨਿਕ ਦੀ ਗੱਲ ਤੁਸੀਂ ਕੀਤੀ ਹੈ, ਸਮਾਰਟ ਸਕੂਲ ਦੀ ਗੱਲ ਕੀਤੀ ਹੈ, ਤਾਂ ਵਿਰੋਧੀ ਪਾਰਟੀਆਂ ਲਗਾਤਾਰ ਇਲਜ਼ਾਮ ਲਗਾਉਂਦੀਆਂ ਨੇ ਕਿ ਰੰਗ ਰੋਗਨ ਕਰ ਲਿਆ, ਜਿਹੜੇ ਪਹਿਲਾਂ ਸੈਂਟਰ ਚੱਲਦੇ ਸੀ ਜਾਂ ਸਕੂਲ ਚੱਲਦੇ ਸੀਗੇ ਉਹਨਾਂ ਨੂੰ ਰੰਗ ਰੋਗਨ ਕਰਕੇ ਸਮਾਰਟ ਬਣਾ ਤਾ ਅਤੇ ਉੱਥੇ ਮੁਹੱਲਾ ਕਲੀਨਿਕ ਖੋਲ੍ਹਤੇ, ਵੀ ਇਹਨਾਂ ਦੀ ਕੋਈ ਉਪਲਬਧੀ ਹੈ ਹੀ ਨਹੀਂ, ਇਹ ਕਹਿ ਰਹੇ ਨੇ। ਚਲੋ ਮੈਂ ਤੁਹਾਨੂੰ ਕੋਈ ਟਾਈਮ ਦੇਣਾ, ਤੁਸੀਂ ਮੇਰੇ ਨਾਲ ਟਾਈਮ ਕੱਢ ਕੇ ਮੇਰੇ ਨਾਲ ਚਲੋ, ਜਿਹੜੇ ਸਾਡੇ ਮੁਹੱਲਾ ਕਲੀਨਿਕ, ਮੈਂ ਆਪਣੇ ਹਲਕੇ 'ਚ, ਮੇਰੇ ਹਲਕੇ 'ਚ ਖੁੱਲ੍ਹੇ ਜਿਵੇਂ ਤਕਰੀਬਨ 8-9 ਮੁਹੱਲਾ ਕਲੀਨਿਕ ਖੁੱਲ੍ਹੇ ਆ, ਬਾਕੀ ਹੋਰ ਵੀ ਖੁੱਲ੍ਹਣ ਜਾ ਰਹੇ ਆ, ਆਪਾਂ ਇੱਕ ਮੁਹੱਲਾ ਕਲੀਨਿਕ ਤੋਂ ਹੀ ਜਾਵਾਂਗੇ। ਤੁਸੀਂ ਦੇਖੋ ਤਕਰੀਬਨ ਹਰ ਮੁਹੱਲਾ ਕਲੀਨਿਕ 'ਤੇ ਰੋਜ਼ ਦੀ OPD ਜਿਹੜੀ ਹੈਗੀ ਆ, ਕਿਸੇ 'ਤੇ 200 ਹੈ, ਕਿਸੇ 'ਤੇ 225 ਹੈ, ਕਿਸੇ 150 ਹੈ, ਤਕਰੀਬਨ 150 ਤੋਂ ਲੈ ਕੇ 250 ਪਰਿਵਾਰ ਤੱਕ ਅੱਜ ਉਹ ਹੈਲਥ ਦੀ ਸੇਵਾਵਾਂ ਲੈ ਰਹੇ ਆ। ਤਕਰੀਬਨ ਅੱਜ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ, 15 ਅਗਸਤ ਨੂੰ ਸਟਾਰਟ ਕੀਤਾ ਸੀਗਾ, ਅੱਜ ਕਿ ਸਾਲ ਦੇ ਕਰੀਬ ਹੋ ਚੱਲਿਆ, ਅਤੇ ਅੱਜ ਤਕਰੀਬਨ ਜੇ ਆਪਾਂ ਐਵਰੇਜ ਲਾਈਏ, 200 ਦੀ ਐਵਰੇਜ ਲਈ, 225 ਦੀ ਐਵਰੇਜ ਲਾਈਏ, 225 ਪਰਿਵਾਰ ਰੋਜ਼ ਟੈਸਟ ਵੀ ਕਰਵਾ ਰਿਹਾ, ਮੈਡੀਸਨ ਵੀ ਲੈ ਰਿਹਾ, ਔਰ ਤਕਰੀਬਨ ਦਵਾਈਆਂ ਫ੍ਰੀ ਮਿਲ ਰਹੀਆਂ ਨੇ, ਕਿਉਂਕਿ ਹਰ ਪਰਿਵਾਰ ਦਾ ਘੱਟ ਤੋਂ ਘੱਟ 1000 ਤੋਂ ਲੈ ਕੇ 1500 ਤੱਕ ਦਵਾਈਆਂ ਦਾ ਖਰਚਾ ਹਰ ਪਰਿਵਾਰ ਦੇ ਵਿੱਚ, ਚਾਹੇ 4G ਨੇ, ਚਾਹੇ 5G ਨੇ, ਹਰ ਦਾ ਖਰਚਾ ਹੈ। ਹਰ ਪਰਿਵਾਰ ਨੂੰ 1000 ਤੋਂ 1500 ਰੁਪਏ ਤੱਕ ਦਾ ਬੈਨੀਫਿਟ ਮਿਲ ਰਿਹਾ ਸਿੱਧਾ ਹੀ। ਔਰ ਤਕਰੀਬਨ ਜੇ ਆਪਾਂ ਬਿਜਲੀ ਦੀ ਗੱਲ ਕਰ ਲਈਏ, ਹਰ ਛੋਟੇ ਛੋਟੇ ਤਬਕੇ ਦੀ ਲੈ ਲਈਏ, ਉਹਦੇ ਵਿੱਚ 2000 ਤੋਂ ਲੈ ਕੇ 3000 ਤੱਕ ਬਿਜਲੀ ਦਾ ਬਿੱਲ ਮਾਫ਼ ਉਹਨਾਂ ਨੂੰ ਮਿਲ ਰਿਹਾ। ਇਹ ਜਿਹੜੀਆਂ ਸੁਵਿਧਾਵਾਂ ਨੇ, ਇਹ ਪਿਛਲੀ ਸਰਕਾਰ ਨੇ ਅੱਜ ਤੱਕ ਦਿੱਤੀਆਂ ਨਹੀਂ। ਜੇ ਆਪਾਂ ਤੁਸੀਂ ਪਿਛਲੀ ਦੀ ਗੱਲ ਕਰੋ, ਪਿਛਲੀ ਬਿਲਡਿੰਗ ਬਣਾਤੀ ਜੀ, ਉਹਨਾਂ ਨੇ ਉੱਥੇ ਡਿਸਪੈਂਸਰੀ ਬਣਾਈ ਹੋਈ ਸੀਗੀ ਜੀ, ਉਹ ਡਿਸਪੈਂਸਰੀ ਯੂਜ਼ ਕਰਕੇ ਮੁਹੱਲਾ ਕਲੀਨਿਕ ਦਾ ਨਾਂ ਲੈ ਲਿਆ ਜੀ, ਅਤੇ ਪਿਛਲੀ ਐਵਰੇਜ ਵੀ ਕੱਲ੍ਹ ਹੋਣਾ, ਅਤੇ ਲੋਕਾਂ ਨੂੰ ਕਿੰਨੀ ਸਹੂਲਤ ਮਿਲਦੀ ਸੀਗੀ। ਉੱਥੇ ਆਉਂਦੇ ਸੀ ਡਾਕਟਰ, ਬੈਠ ਕੇ ਚਲੇ ਜਾਂਦੇ ਸੀ, ਨਾ ਕੋਈ ਉੱਥੇ ਦਵਾਈ ਹੁੰਦੀ ਸੀ, ਨਾ ਕੋਈ ਚੈੱਕ ਟੈਸਟ ਹੁੰਦੇ ਸੀਗੇ, ਅੱਜ ਟੈਸਟ ਵੀ ਹੋ ਰਹੇ ਨੇ, ਅੱਛੀ ਲੈਬੋਰਟਰੀ ਤੋਂ ਟੈਸਟ ਹੋ ਕੇ ਮਿਲ ਰਹੇ ਨੇ। ਇਸ ਕਰਕੇ ਜਿਹੜੀਆਂ ਉਪਲਬਧੀਆਂ ਪਹਿਲੇ ਸਾਲ 'ਚ 1.5 ਸਾਲ 'ਚ ਮਿਲੀਆਂ ਲੋਕਾਂ ਨੂੰ, ਲੋਕ ਅੱਜ ਪੱਬਾਂ ਭਰ ਨੇ। ਤੁਸੀਂ ਜਲੰਧਰ ਦਾ ਇਲੈਕਸ਼ਨ ਦੇਖਿਆ ਹੀ ਆ, ਲੋਕਾਂ ਨੇ ਬੜਾ ਫਤਵਾ ਦਿੱਤਾ ਆਮ ਆਦਮੀ ਪਾਰਟੀ ਦੇ ਹੱਕ 'ਚ। ਆਉਣ ਵਾਲੇ ਟਾਈਮ 'ਚ ਦੇਖਣਾ, ਪਾਰਲੀਮੈਂਟ ਦੇ ਇਲੈਕਸ਼ਨ ਆ ਜਾਣੇ ਨੇ, ਸਰਪੰਚਾਂ ਦੇ ਇਲੈਕਸ਼ਨ ਆ ਜਾਣੇ, ਕਾਰਪੋਰੇਸ਼ਨ ਇਲੈਕਸ਼ਨ ਆ ਜਾਣੇ, ਲੋਕ ਵਨ ਸਾਈਡ ਪਲੇਟਫਾਰਮ ਅਪਣਾਉਣਗੇ। ਤੁਸੀਂ ਗੱਲ ਕੀਤੀ ਹੈ ਕਿ ਪੰਚਾਇਤੀ ਚੋਣਾਂ ਆ ਰਹੀਆਂ, ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ ਨੇ, ਕਿ ਅੱਗੇ ਚਲੋ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ, ਪਹਿਲਾਂ ਚਲੋ ਪੰਚਾਇਤੀ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਆ ਜਾਣੀਆਂ ਨੇ, ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਵਿੱਚ ਇੱਕ ਘਨਸੂਹਾਂ ਹੋਰ ਸੁਣਨ ਵਿੱਚ ਆ ਰਹੀਆਂ ਨੇ। ਚਲੋ ਆਪਾਂ ਗੱਲ ਕਰੀਏ 2024 ਦੀਆਂ ਲੋਕ ਸਭਾ ਵੋਟਾਂ ਦੀ, ਕਿ ਕਾਂਗਰਸ ਨਾਲ ਗਠਜੋੜ ਹੋ ਸਕਦਾ ਕਿ ਅਲਾਇੰਸ ਹੋ ਸਕਦਾ, ਇਹਦੀਆਂ ਵੀ ਘਨਸੂਹਾਂ ਕਿਤੇ ਨਾ ਕਿਤੇ ਮੀਡੀਆ ਅਦਾਰਿਆਂ ਦੇ ਵਿੱਚ ਜਾਂ ਸੂਤਰਾਂ ਹਵਾਲਿਆਂ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ। ਮੈਂ ਤਾਂ ਇੱਕੋ ਗੱਲ ਕਹੂੰਗਾ, ਸਾਡੇ ਕੋਲ ਪੰਜਾਬ 'ਚ 13 ਸੀਟਾਂ ਨੇ, ਸਾਡੀ 13 ਦੀ ਤਿਆਰੀ ਹੈ, ਸਾਨੂੰ ਕੋਈ ਦਿੱਕਤ ਨਹੀਂ। ਸਾਡੀ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਫੈਸਲਾ, ਜੋ ਉੱਪਰ ਦੀ ਕਮੇਟੀ ਫੈਸਲਾ ਲਏਗੀ, ਸਾਨੂੰ ਸਿਰ ਮੱਥੇ ਹੋਣਾ। ਪਰ ਕਿਤੇ ਨਾ ਕਿਤੇ ਜੇ ਆਪਾਂ ਇਕੱਲਾ ਵੀ ਇਲੈਕਸ਼ਨ ਲੜਨਾ, ਤਾਂ ਸਾਡੀ ਤਿਆਰੀ ਹੈ, ਸਾਨੂੰ ਕੋਈ ਦਿੱਕਤ ਨਹੀਂ, 13 ਹੀ ਜਿੱਤਾਂਗੇ ਤੁਹਾਡੇ ਸਾਹਮਣੇ ਰਿਜ਼ਲਟ। ਲੋਕਾਂ ਵੱਲੋਂ ਵਿਰੋਧ ਨਹੀਂ ਹੋਏਗਾ ਕਿਸ ਚੀਜ਼ ਦਾ? ਵਿਰੋਧ ਹੋਏਗਾ ਵੀ ਅਲਾਇੰਸ ਹੋ ਗਿਆ ਵਿਰੋਧੀ ਪਾਰਟੀ ਦੇ ਨਾਲ? ਨਹੀਂ, ਜੇ ਅਲਾਇੰਸ ਹੋਏਗਾ ਤਾਂ ਨਾ ਜੀ, ਹਾਲੇ ਤਾਂ ਆਪਾਂ ਇਕੱਲੇ ਦੀ ਤਿਆਰੀ ਸਾਡੀ, ਜੇ ਆਪਾਂ ਇਕੱਲੇ ਹੀ ਹਾਲੇ ਸਮਕਸ਼ਮ ਹੈਗੇ ਹਾਂ ਲੜਨ ਨੂੰ, ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ। ਜੇ ਕੋਈ ਪਾਰਟੀ ਫੈਸਲਾ ਕਰੇਗੀ, ਸਾਡੇ ਸਿਰ ਮੱਥੇ, ਕਿਉਂਕਿ ਲੋਕਾਂ ਨੂੰ ਇੱਕ ਐਸਾ ਰਾਜ ਚਾਹੀਦਾ ਉਹ ਸਟੇਟ ਦੇ ਵਿੱਚ ਹੈਗਾ, ਲੋਕਾਂ ਨੂੰ ਇੱਕ ਰਾਜ ਐਸਾ ਚਾਹੀਦਾ ਜਿਹੜਾ ਸਟੇਟ 'ਚ ਹੈਗਾ। ਬਾਕੀ ਜੋ ਸੈਂਟਰ ਦੀਆਂ ਮਨਮਾਨੀਆਂ, ਸੈਂਟਰ ਦਾ ਧੱਕਾ ਤੁਸੀਂ ਦੇਖ ਸਕਦੇ ਹੋ, ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ, ਹਰ ਫੈਸਿਲਿਟੀ ਜਿਹੜੀ ਹੈ ਪੰਜਾਬ ਦੀ, ਸਾਡਾ GST ਹੈ ਤਾਂ ਰੋਕਿਆ ਜਾਂਦਾ,
ਜੇ ਕੋਈ ਇਹੋ ਜਿਹੀਆਂ ਪੈਨਸ਼ਨ ਸਕੀਮਾਂ ਨੇ ਉਹ ਰੋਕੀਆਂ ਜਾਂਦੀਆਂ, ਕਿਤੇ ਨਾ ਕਿਤੇ ਆਪਾਂ ਅੱਜ ਸੋਚ ਕੇ ਚੱਲੀਏ ਤਾਂ ਆਪਾਂ ਨੂੰ ਇੱਕ ਬਹੁਤ ਵੱਡਾ ਸੈਂਟਰ ਵੱਲੋਂ ਨੁਕਸਾਨ ਹੋ ਰਿਹਾ। ਹੁਣ ਹਰ ਕੰਮ ਦੇ ਵਿੱਚ ਕਦੀ ਆਪਾਂ ਪਿਛਲੀਆਂ ਸਰਕਾਰਾਂ ਦੇਖ ਲਓ, ਕਦੀ ਗਵਰਨਰ ਸਾਹਿਬ ਦਾ ਰੋਲ ਹੀ ਨਹੀਂ ਹੁੰਦਾ ਸੀ ਸਰਕਾਰ ਦੇ ਨਾਲ। ਆਪਣਾ ਗਵਰਨਰ ਸਾਹਿਬ ਦਾ ਇਹ ਹੁੰਦਾ ਸੀਗਾ ਵੀ ਸਰਕਾਰ ਦੇ ਨਾਲ ਮੇਨਟੇਨੈਂਸ ਕਰਕੇ ਚੱਲਣਾ, ਸਰਕਾਰ ਨਾਲ ਹੱਥ ਮਿਲਾ ਕੇ ਚੱਲਣਾ। ਇਹ ਹਰ ਪਹਿਲੇ ਉੱਤੇ ਹਰ ਮੁੱਦੇ 'ਤੇ ਇਹ ਸਰਕਾਰ ਨੂੰ ਫਰੰਟ ਖੋਲ੍ਹਣ ਨੂੰ ਤਿਆਰ ਨੇ, ਕਿਉਂਕਿ ਉੱਪਰੋਂ ਹਦਾਇਤਾਂ ਨੇ ਸੈਂਟਰ ਦੀਆਂ ਕਿ ਤੁਸੀਂ ਸਰਕਾਰ ਨੂੰ ਡਿਸਟਰਬ ਕਰੋ। ਔਰ ਤਕਰੀਬਨ ਸਾਨੂੰ ਦੋ ਵਾਰੀ ਸੈਸ਼ਨ ਦੇ ਕਰਕੇ ਸਾਨੂੰ ਕੋਰਟ ਜਾਣਾ ਪਿਆ। ਕੋਰਟ ਮਾਨਯੋਗ ਕੋਰਟ ਨੇ ਇੱਕ ਬਹੁਤ ਵੱਡਾ ਫੈਸਲਾ ਦਿੱਤਾ ਜਿਹੜਾ ਹੁਣ ਅੱਜ ਜੇ ਗਵਰਨਰ ਸਾਹਿਬ ਨੂੰ ਅਸੈਪਟ ਕਰਨਾ ਪਿਆ। ਇਹੀ ਗੱਲਾਂ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਪੰਜਾਬ ਨੂੰ ਪਿੱਛੇ ਧਕੇਲਣ ਵਾਸਤੇ, ਜੋ ਉਪਰਾਲਾ ਹੋਏਗਾ ਨਹੀਂ। ਪੰਜਾਬ ਨੂੰ ਇੱਕ ਸੂਬਾ, ਰੰਗਲਾ ਪੰਜਾਬ, ਜਿਹੜਾ ਪੰਜਾਬ ਦਾ ਸਾਡਾ ਸੁਪਨਾ ਹੈ ਸਾਡੇ ਮਾਨ ਸਾਹਿਬ ਦਾ, ਉਹ ਅਸੀਂ ਬਿਲਕੁਲ ਕੰਪਲੀਟ ਕਰਕੇ ਛੱਡਾਂਗੇ, ਕੋਈ ਐਸੀ ਗੱਲ ਨਹੀਂ। ਗੱਲ ਕਰੀਏ ਤਾਂ ਜਿਹੜੇ ਗਵਰਨਰ ਸਾਹਿਬ ਨੇ ਉਹਨਾਂ ਨੇ ਵੀ ਇਲਜ਼ਾਮ ਜ਼ਰੂਰ ਲਗਾਏ ਨੇ ਕਿ ਅਸੀਂ, ਮੈਂ ਕੋਈ ਕੰਮ 'ਚ ਦਖਲ ਨਹੀਂ ਦਿੰਦਾ, ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ। ਇਹ ਉਹਨਾਂ ਨੇ ਇਲਜ਼ਾਮ ਲਗਾਏ ਨੇ, ਮੇਰੀ ਗੱਲ ਦਾ ਜਵਾਬ ਕੋਈ, ਮੈਂ ਪੱਤਰ ਭੇਜ ਦਾਂਗਾ, ਉਹਦਾ ਕਮ ਸੇ ਕਮ ਜਵਾਬ ਤਾਂ ਦਿਓ। ਮੈਂ ਤਾਂ ਗੱਲ ਕਰਨ 'ਚ ਰੱਖਣਾ ਚਾਹਾਂਗਾ, ਤੁਸੀਂ ਗਵਰਨਰ ਵਾਲੀ ਨੀਤੀ ਨੂੰ ਅਪਣਾਓ, ਗਵਰਨਰ ਵਾਲੇ ਦੇ ਜੋ ਕੰਮ ਨੇ ਉਹਨਾਂ ਨੂੰ ਅਪਣਾਓ। ਕਿਹੜੀ ਸਰਕਾਰ ਤੁਹਾਡੇ ਤੋਂ ਬਾਹਰ ਹੈ? ਅਸੀਂ ਤਾਂ ਸਟਾਰਟ ਹੀ ਜਦੋਂ ਵੀ ਸੈਸ਼ਨ ਕਰਦੇ ਹਾਂ ਪਹਿਲਾਂ ਗਵਰਨਰ ਸਾਹਿਬ ਦਾ ਸਤਿਕਾਰ ਹੁੰਦਾ। ਜੇ ਤੁਸੀਂ ਆਪ ਹੀ ਪਹਿਲਾਂ ਹੀ ਅਨਾਊਂਸ ਸਟੇਟਮੈਂਟ ਦੇ ਦਿਓਗੇ ਕਿ ਸੈਸ਼ਨ ਨਹੀਂ ਹੋਣਾ ਚਾਹੀਦਾ ਜਾਂ ਮੇਰੇ ਕੋਲ ਫਾਈਲਾਂ ਆਈਆਂ ਮੈਂ ਨਹੀਂ ਕੱਢਣੀਆਂ, ਨੈਚੁਰਲੀ ਫਿਰ ਸਾਨੂੰ ਪ੍ਰਬੰਧ ਤਾਂ ਕਰਨਾ ਹੀ ਪੈਣਾ ਸੀ। ਅਸੀਂ ਹਾਊਸ ਦੀ ਪ੍ਰਵਾਨਗੀ ਲੈ ਕੇ ਸਾਰੇ ਹਾਊਸ ਨੇ ਪ੍ਰਵਾਨਗੀ ਦਿੱਤੀ ਹੈ ਤਾਂ ਕੋਰਟ 'ਚ ਗਏ ਹਾਂ। ਇਸ ਕਰਕੇ ਗਵਰਨਰ ਸਾਹਿਬ ਦੀ ਜੋ ਮਰਿਆਦਾ ਹੈ, ਗਵਰਨਰ ਸਾਹਿਬ ਦਾ ਜੋ ਸਤਿਕਾਰ ਹੈ ਸਾਡੇ ਮਨ 'ਚ ਹੈ, ਸਾਡੇ ਦਿਲ 'ਚ ਹੈ, ਕਿਉਂਕਿ ਸਾਡੇ ਪੰਜਾਬ ਦੇ ਗਵਰਨਰ ਨੇ। ਪਰ ਕਿਤੇ ਨਾ ਕਿਤੇ ਜੋ ਸੈਸ਼ਨ ਹੈ ਇਹ ਸਾਡੇ ਪੰਜਾਬ ਦੇ ਲੋਕਾਂ ਦਾ ਬਣਾਇਆ ਸੈਸ਼ਨ ਹੈ। 92 ਵਿਧਾਇਕ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਲੋਕਾਂ ਨੇ ਜਿਤਾ ਕੇ ਭੇਜੇ। ਲੋਕਾਂ ਦੇ ਹਿੱਤ ਵਾਸਤੇ ਜੋ ਅਸੀਂ ਗੱਲਾਂ ਕਰਨਾ ਚਾਹੁੰਦੇ ਉਹਦੇ 'ਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ। ਕੀ ਲੱਗਦਾ ਕਿ ਆਪਾਂ, ਚਲੋ ਪੰਜਾਬ ਦੀ ਗੱਲ ਨਾ ਕਰੀਏ, ਆਪਾਂ ਲੋਕਲ ਆਪ ਲੁਧਿਆਣਾ ਦੀ ਗੱਲ ਕਰ ਲਈਏ ਕਿ ਲੋਕਲ ਲੁਧਿਆਣਾ ਦੇ ਵਿੱਚ ਭ੍ਰਿਸ਼ਟਾਚਾਰ, ਨਸ਼ਾ ਜਾਂ ਕੋਈ ਗੈਂਗ ਜਿਹੜਾ ਹੈਗਾ ਗਾ, ਗੈਂਗਸਟਰਿਜ਼ਮ ਹੈਗਾ ਗਾ, ਉਹਨੂੰ ਲੈ ਕੇ ਨੱਥ ਪਈ ਹੈ ਤੁਹਾਡੇ ਅਕੋਰਡਿੰਗ? ਦੇਖੋ, ਜਿਹੜੇ 25-30 ਸਾਲ ਤੋਂ ਇੱਕ ਕੋਈ ਬੀਜ ਬੋਇਆ ਜਾਂਦਾ ਹੈ ਉਸ ਨੂੰ ਸੰਭਾਲਣ ਵਾਸਤੇ ਟਾਈਮ ਲੱਗਦਾ। 1.5 ਸਾਲ ਦੇ ਅਰਸੇ 'ਚ ਕਾਫੀ ਅਸੀਂ ਰੋਕਥਾਮ ਕੀਤੀ ਹੈ। ਗੈਂਗਸਟਰ ਤੁਸੀਂ ਦੇਖਦੇ ਹੋ, 2-4 ਦਿਨ ਤੋਂ ਰੋਜ਼ ਲਗਾਤਾਰ ਦੇਖ ਰਹੇ ਹੋ, ਜਿਹੜੇ ਗੈਂਗਸਟਰ ਰਿਵਾਲਵਰ ਦੀ ਨੋਕ 'ਤੇ ਲੋਕਾਂ ਨੂੰ ਲੁੱਟ ਖਸੁੱਟ ਕਰਦੇ ਸੀ, ਉਹਨਾਂ ਦਾ ਕਿਤੇ ਨਾ ਕਿਤੇ ਮੁਕਾਬਲਾ ਹੋਇਆ। ਉਹਨਾਂ ਨੇ ਪੁਲਿਸ 'ਤੇ ਫਾਇਰਿੰਗ ਕੀਤੀ, ਪੁਲਿਸ ਨੇ ਜਵਾਬੀ ਫਾਇਰਿੰਗ 'ਚ ਉਹਨਾਂ ਨੂੰ ਢੇਰ ਵੀ ਕਰ ਦਿੱਤਾ ਔਰ ਤਕਰੀਬਨ ਫੜੇ ਵੀ ਨੇ। ਆਪਾਂ ਜੇ ਤਾਂ ਹੁੰਦਾ ਨਾ ਵੀ ਆਪਾਂ ਉਹਨਾਂ ਨੂੰ ਜਿੰਦਿਆਂ ਨੇ ਵੀ ਫੜਿਆ, ਔਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਗਿਆ। ਲੋਕਾਂ ਦੇ ਇੱਕ ਥੈਂਕਸ ਦੇ ਫੋਨ ਆਏ ਸਰਕਾਰ ਨੂੰ ਕਿ ਤੁਸੀਂ ਬਹੁਤ ਵਧੀਆ ਕਦਮ ਚੱਕਿਆ, ਕਿਉਂਕਿ ਕੁਛ ਐਸੇ ਅਨਸਰ ਨੇ ਜਿਹੜੇ ਸਰਕਾਰ ਨੂੰ ਦਬਾਉਣਾ ਚਾਹੁੰਦੇ ਨੇ, ਸਰਕਾਰ ਨੂੰ ਚੁਕਾਉਣਾ ਚਾਹੁੰਦੇ। ਸਰਕਾਰ ਨਾਲ ਚੁੱਕਣ ਵਾਲੀ ਹੈ ਨਾ ਦੱਬਣ ਵਾਲੀ ਹੈ। ਔਰ CM ਸਾਹਿਬ ਨੇ ਸਿੱਧਾ ਮੀਟਿੰਗ ਕਰਕੇ ਵੀ ਔਰ ਪ੍ਰੈਸ ਤੁਹਾਡੇ ਮੀਡੀਆ ਰਾਹੀਂ ਲੋਕਾਂ ਨੂੰ ਮੈਸੇਜ ਦਿੱਤਾ ਕਿ ਕੋਈ ਐਸਾ ਆਦਮੀ ਜਿਹੜਾ ਇੱਕ ਚੌਂਕ ਦੇ ਵਿੱਚ ਕਿਸੇ ਲੁੱਟ ਖਸੁੱਟ ਕਰੇਗਾ, ਦੂਸਰੇ ਚੌਂਕ 'ਚ ਜਾਣ ਜੋਗਾ ਨਹੀਂ ਰਹੇਗਾ। ਜਾਂ ਤਾਂ ਉਹ ਸਿਲੰਡਰ ਕਰੇਗਾ, ਨਹੀਂ ਤਾਂ ਫਿਰ ਜੋ ਵੀ ਸਜ਼ਾ ਉਹ ਪੁੱਤੇਗਾ। ਮੈਂ ਪਰਿਵਾਰ ਦੀ ਗੱਲ ਨਹੀਂ ਕਰਾਂਗਾ, ਪਰਿਵਾਰਵਾਦ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ, ਸਾਰੇ ਆਪਾਂ ਕਹਿੰਦੇ ਹਾਂ। ਪਰ ਕਿਤੇ ਨਾ ਕਿਤੇ ਇਹ ਤੁਸੀਂ ਗੱਲ ਬਗਾ ਸਾਹਿਬ ਮੰਨਦੇ ਹੋ ਕਿ ਮਿਆਰ ਡਿੱਗਿਆ ਰਾਜਨੀਤੀ ਦਾ, ਕਿ ਪਰਿਵਾਰਵਾਦ ਨੂੰ ਵਿੱਚ ਨਿੱਜੀਕਰਨ ਉਹਦਾ ਹੋਇਆ, ਪਰਿਵਾਰਵਾਦ ਦੀ ਗੱਲ ਹੋ ਰਹੀ ਹੈ ਵਿੱਚ? ਦੇਖੋ, ਮੈਂ ਤਾਂ ਇਹ ਕਹਾਂਗਾ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਨੇ, ਹਰ ਬੰਦੇ ਨੇ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਆਉਂਦਾ, ਕਿਤੇ ਨਾ ਕਿਤੇ ਇਹ ਸਰਕਾਰ ਜਿਹੜੀ ਬਣੀ ਹੈ ਲੋਕਾਂ ਦੀ ਵੋਟਾਂ ਨਾਲ ਬਣੀ ਹੈ। ਲੋਕਾਂ ਨੇ ਬੜੇ ਵਜੇ ਸੁਚੱਜੇ ਢੰਗ ਦੇ ਨਾਲ ਆਪਣੇ ਨੁਮਾਇੰਦੇ ਹਾਊਸ 'ਚ ਭੇਜੇ ਨੇ। 1.5 ਸਾਲ ਦੀ ਕਾਰਗੁਜ਼ਾਰੀ ਰਹੀ ਹੈ ਲੋਕਾਂ ਦੇ ਸਾਹਮਣੇ, ਔਰ ਤਕਰੀਬਨ ਹੋਨੈਸਟੀ ਸਰਕਾਰ ਚੱਲੀ ਹੈ। ਜੇ ਕੋਈ ਆਪਣੇ ਵੀ ਗਲਤ ਬੰਦਾ ਆਇਆ ਤਾਂ ਉਹਨੂੰ ਵੀ ਚੱਕ ਕੇ ਸਾਈਡ 'ਤੇ ਕਰ ਦਿੱਤਾ। ਜੇ ਸਾਹਮਣੇ ਵਾਲੋ ਪਾਸੇ, ਸਾਡੀ ਸਰਕਾਰ ਦਾ ਮੁੱਦਾ ਹੀ ਇਹੀ ਹੈ ਕਿ ਜੇ ਬੰਦੇ ਨੇ ਕੋਈ ਲੁੱਟ ਖਸੁੱਟ ਕੀਤੀ ਉਹ ਬਖਸ਼ਿਆ ਨਹੀਂ ਜਾਣਾ, ਜਿਸ ਬੰਦੇ ਨੇ ਸਰਕਾਰ ਦੀ ਫੇਵਰ ਕੀਤੀ ਹੈ ਉਸ ਉਹਦਾ ਸਨਮਾਨ। ਦੂਸ਼ਣਬਾਜ਼ੀ ਦੀ ਗੱਲ ਕਰ ਰਿਹਾ, ਮੇਰੀ ਪਰਿਵਾਰ ਦੀ ਦੂਸ਼ਣਬਾਜ਼ੀ ਕੀਤੀ ਜਾਂਦੀ, ਮੈਂ ਉਹੀ ਗੱਲ ਕਰ ਰਿਹਾ, ਉੱਥੇ ਹੀ ਆ ਰਿਹਾ।
ਪਰ ਕਿਤੇ ਨਾ ਕਿਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਅੱਜ ਤੱਕ ਪਰਿਵਾਰਕ ਤੌਰ 'ਤੇ ਇਹੋ ਜਿਹੇ ਕਦੀ ਐਲੀਗੇਸ਼ਨ ਜਾਂ ਕਿਸੇ ਨੂੰ ਚੱਕ ਕੇ ਮੀਡੀਆ ਦੇ ਰਾਹੀਂ ਲੋਕਾਂ ਦੇ ਵਿੱਚ ਲਿਜਾਣਾ, ਤੁਸੀਂ ਸੱਚਾਈ ਲੈ ਕੇ ਜਾਓ। ਅੱਜ ਉਹੀ ਲੋਕ ਜਿਹੜੇ ਦੋ ਦਿਨ ਪਹਿਲਾਂ ਗਲਤ ਬੋਲਦੇ ਸੀ, ਅੱਜ ਉਹਨਾਂ ਨੇ ਸੱਚਾਈ ਪਤਾ ਲੱਗ ਗਈ। ਅੱਜ ਉਹ ਫੇਸਬੁੱਕ 'ਤੇ ਆ ਕੇ ਆਪ ਖੁਦ ਆਪਣੇ ਆਪ ਨੂੰ ਕਹਿ ਰਹੇ ਆ ਕਿ ਅਸੀਂ ਸੱਚਾਈ ਨਹੀਂ ਦੇਖੀ, ਹੁਣ ਸੱਚਾਈ ਦੇਖੀ ਹੈ। ਅਤੇ ਇਹਦੇ ਵਿੱਚ ਜੋ ਓਪੋਜੀਸ਼ਨ ਕਰ ਰਹੀ ਹੈ ਗਲਤ ਕਰ ਰਹੀ ਹੈ, ਕਿਉਂਕਿ ਪਰਿਵਾਰਕ ਤੌਰ 'ਤੇ ਸਿੱਧਾ ਅਟੈਕ ਕਰਨਾ ਬੜੀ ਮਾੜੀ ਗੱਲ ਹੈ। ਕਿਉਂਕਿ ਜੇ ਮਾਨ ਸਾਹਿਬ ਸਾਡੇ ਸੀ ਐੱਮ ਸਾਹਿਬ ਕੋਈ ਗੱਲ ਕਰਦੇ ਆ, ਤੱਥ ਦੇ ਆਧਾਰ 'ਤੇ ਕਰਦੇ ਆ, ਉਹਨਾਂ ਦੀਆਂ ਫਾਈਲਾਂ ਪਈਆਂ ਨੇ, ਉਹਨਾਂ ਦੇ ਕੀਤੇ ਕੰਮ ਸਾਹਮਣੇ ਨਜ਼ਰ ਆ ਰਹੇ ਆ, ਜੋ ਪਿਛਲੇ 10 ਸਾਲ 15 ਸਾਲ 20 ਸਾਲ 'ਚ ਕਰ ਗਏ ਆ, ਉਹ ਫਾਈਲਾਂ ਬੋਲ ਰਹੀਆਂ ਨੇ। ਉਹ ਤਾਂ ਫਾਈਲਾਂ 'ਤੇ ਜੋ ਕਮੈਂਟਸ ਜਾਂ ਜੋ ਫਾਈਲਾਂ 'ਤੇ ਤੌਰ 'ਤੇ ਆਪਣੇ ਤੌਰ 'ਤੇ ਪ੍ਰੈਸ ਨੂੰ ਸੰਬੋਧਿਤ ਕਰਦੇ ਆ, ਪਰ ਹੁਣ ਤੁਸੀਂ ਦੇਖਿਆ ਹੀ ਹੈ ਪਿਛਲੇ ਵਾਰੀ ਪਿਛਲੇ ਮਹੀਨੇ ਉਹਨਾਂ ਨੇ 1 ਤਰੀਕ ਨੂੰ PO 'ਚ ਸਾਰਿਆਂ ਨੂੰ ਸੱਦਾ ਦਿੱਤਾ ਸੀ ਆ ਜਾਓ, ਕੋਈ ਵੀ ਨਹੀਂ ਆਇਆ। ਕਿਉਂਕਿ ਸੱਚਾਈ ਦੇ ਸਾਹਮਣਾ ਕਰਨਾ ਬਹੁਤ ਔਖਾ। ਜੇ ਅੱਜ ਆਪਾਂ ਸੋਚੀਏ ਕਿ ਮੈਨੂੰ ਤੁਸੀਂ ਮੰਚ 'ਤੇ ਬੁਲਾਇਆ, ਮੈਂ ਤੁਹਾਡੇ ਮੰਚ 'ਤੇ ਆਇਆ, ਮੈਂ ਖੁਦ ਆਪ ਤੁਹਾਨੂੰ ਫੋਨ ਕਰਕੇ ਆ ਜਾਓ, ਮੈਨੂੰ ਲਾਈਵ ਲਓ, ਪਰ ਕਿਤੇ ਨਾ ਕਿਤੇ ਜਿਹੜੀ ਸੋਚ ਹੈ ਉਸ ਨੂੰ ਬਰੀਕ ਕੀਤਾ ਹੋਇਆ। ਸੋਚ ਨੂੰ ਅੱਜ ਲਾਈਵ ਹੋ ਕੇ ਸਾਡੇ ਮਜੀਠੀਆ ਸਾਹਿਬ ਬੋਲ ਰਹੇ ਸੀ। ਇਹ ਚੀਜ਼ਾਂ ਜਿਹੜੀਆਂ ਨੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੀ ਗਲਤ ਮੈਸੇਜ ਆ ਰਿਹਾ, ਲੋਕ ਇਸ ਨੂੰ ਅਸੈਪਟ ਨਹੀਂ ਕਰਨਗੇ। ਲੋਕ ਸਰਕਾਰ ਦੇ ਨਾਲ ਨੇ, ਤੁਸੀਂ ਬਠਿੰਡੇ ਦੀ ਰੈਲੀ ਦੇਖੀ ਆ, ਲੁਧਿਆਣੇ ਦੀ ਰੈਲੀ ਦੇਖੀ ਆ, ਹੁਸ਼ਿਆਰਪੁਰ ਦੀ ਰੈਲੀ ਦੇਖੀ ਆ, ਗੁਰਦਾਸਪੁਰ ਦੀ ਰੈਲੀ, ਲੱਖਾਂ ਦੀ ਤਾਦਾਦ ਲੋਕ ਉੱਥੇ ਰੈਲੀ ਜੁੰਮ ਬਣ ਕੇ ਆਏ ਆ। ਲੋਕ ਪਿਆਰ ਕਰਦੇ ਤਾਂ ਹੀ ਆਏ ਆ। ਮਜੀਠੀਆ ਸਾਹਿਬ ਤੁਸੀਂ ਗੱਲ ਕੀਤੀ, ਅੱਜ ਮਜੀਠੀਆ ਸਾਹਿਬ ਦੀ ਬੇਸੀ ਆ SIT ਮੂਹਰੇ, ਉਹ ਜਦੋਂ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਗੱਡੀ ਦੇ ਉੱਪਰ ਖੜ੍ਹੇ ਹੋ ਕੇ, ਬੜਾ ਤਗੜਾ ਲੈਕਚਰ ਉਹਨਾਂ ਨੇ ਆਪਣੇ ਵੱਲੋਂ ਕੀਤਾ ਕਿ ਪੰਜਾਬ ਸਰਕਾਰ ਧੱਕਾ ਕਰ ਰਹੀ, ਅਰਵਿੰਦ ਕੇਜਰੀਵਾਲ ਧੱਕਾ ਮੇਰੇ ਨਾਲ ਕਰ ਰਿਹਾ, ਵੀ ਮੈਂ ਧੱਕੇ ਦਾ ਸਾਹਮਣਾ ਕਰਾਂਗਾ, ਮੈਂ ਦਬਣ ਵਾਲਾ ਨਹੀਂ ਹਾਂ। ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹਨਾਂ ਨੇ ਕੀਤੀ ਹੈ, ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਬਿਆਨਬਾਜ਼ੀ? ਦੇਖੋ ਜੀ, ਭਾਸ਼ਣ ਦੇਣਾ ਪ੍ਰੈਕਟੀਕਲੀ ਗੱਲ ਚਾੜਨਾ ਬੜਾ ਫਰਕ ਹੈ। ਭਾਸ਼ਣ ਦੇ ਕੇ ਮੈਨੂੰ ਚੌਂਕ 'ਚ ਖੜ੍ਹਾ ਕਰੋ, ਮੈਂ ਵੀ ਭਾਸ਼ਣ ਦੇ ਦਿਆਂਗਾ, ਪਰ ਕਿਤੇ ਨਾ ਕਿਤੇ ਸੱਚਾਈ ਸਾਹਮਣੇ ਹੈ। ਜੇ ਕੋਈ STB ਉਹਨਾਂ ਨੇ ਪੜਾ ਨਹੀਂ ਕਿ ED ਨੇ ਬੁਲਾਇਆ ਜਾਂ ਜਿਹੜੀ SIT ਨੇ ਬੁਲਾਇਆ, ਤਾਂ ਨੈਚੁਰਲੀ ਕੋਈ ਤੱਥ ਹੋਣਗੇ ਤਾਂ ਹੀ ਬੁਲਾਇਆ। ਜੇ ਕੋਈ ਤੱਥ ਨਾ ਹੋਵੇ ਤਾਂ ਕੋਈ ਬੁਲਾਉਂਦਾ? ਇਹੀ ਗੱਲ ਤੁਹਾਡੇ ਤੋਂ ਪਹਿਲਾਂ ਤੁਹਾਡੇ ਕਾਂਗਰਸ ਦੇ MLA ਸਾਹਿਬ ਜਿਹੜੇ ਆਮ ਆਦਮੀ ਪਾਰਟੀ ਛੱਡ ਗਏ ਸੀ, ਖਹਿਰਾ ਸਾਹਿਬ, ਉਹ ਕਿਆ ਕਰਦੇ ਸੀ? ਅੱਜ ਕਿੱਥੇ ਨੇ? ਪ੍ਰੈਕਟੀਕਲੀ ਜਿਹੜੀ ਚੀਜ਼ਾਂ ਨੇ ਸਾਹਮਣੇ ਬੋਲ ਰਹੀਆਂ ਨੇ, ਪੇਪਰ ਵਰਕ ਬੋਲਿਆ। ਜੇ ਮਾਨ ਸਾਹਿਬ ਗੱਲ ਕਰਦੇ ਆ, ਪੇਪਰ ਦੇ ਤੱਥ ਦੇ ਆਧਾਰ 'ਤੇ ਬੋਲਦੇ ਆ, ਪੇਪਰ ਬੋਲਣਗੇ। ਅੱਜ ਇਹ ਸੋਚਣਗੇ ਸਾਨੂੰ ਤਾਂ ਉਹ ਸਰਕਾਰ ਦੀ ਗਲਤ ਨੀਤੀਆਂ ਨੇ, ਸਰਕਾਰ ਤਾਂ ਸਹੀ ਨੀਤੀਆਂ ਚੱਲ ਰਹੀ ਹੈ, ਜਿਹੜਾ ਤੁਹਾਡਾ ਭ੍ਰਿਸ਼ਟਾਚਾਰ ਆ ਉਹ ਸਾਹਮਣੇ ਲਿਆ ਰਹੀ ਹੈ। ਇਸ ਕਰਕੇ ਲੋਕ ਸਾਥ ਦੇ ਰਹੇ, ਲੋਕਾਂ ਦਾ ਪਿਆਰ ਮਿਲ ਰਿਹਾ, ਲੋਕਾਂ ਦਾ ਸਤਿਕਾਰ ਮਿਲ ਰਿਹਾ। ਅਸੀਂ ਇੱਕ ਇੱਕ ਜਿਹੜੀ ਗਰੰਟੀ ਇੱਕ ਇੱਕ ਵਾਅਦਾ ਕੀਤਾ ਲੋਕਾਂ 'ਚ, ਇਹ 5 ਸਾਲ 'ਚ ਪੂਰਾ ਕਰਾਂਗੇ। ਬਿਲਕੁਲ, ਬਦਲਾ ਖੋਲ ਦੀ ਨੀਤੀ ਦੀ ਵੀ ਗੱਲ ਇੱਕ ਹੋ ਰਹੀ ਹੈ ਵਿੱਚ, ਕਿ ਕੋਈ ਵੀ ਵਿਰੋਧੀ ਪਾਰਟੀ ਹੈ, ਚਾਹੇ ਉਹ ਕਾਂਗਰਸ ਆ, ਚਾਹੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਆ, ਉਹ ਕਹਿੰਦੇ ਵੀ ਭਗਵੰਤ ਮਾਨ ਸਾਹਿਬ ਬਦਲਾ ਖੋਲ ਦੀ ਰਾਜਨੀਤੀ ਕਰ ਰਹੇ ਆ, ਕਿ ਜੋ ਵੀ ਉਹਨਾਂ ਦੇ ਵਿੱਚ ਪਰਸਨ ਖੁੰਦਕ ਹੈ ਕੋਈ, ਉਹ ਕੱਢਣ ਦੀ ਕੋਸ਼ਿਸ਼ ਕਰਦੇ ਨੇ। ਮੈਨੂੰ ਤਾਂ ਇੱਕ ਦੱਸਿਆ, ਦੱਸੋ ਕਿ ਮਾਨ ਸਾਹਿਬ ਦੀ ਕਿਹੜੀ ਲੜਾਈ ਹੈ ਕਿਸੇ ਨਾਲ? ਮਾਨ ਸਾਹਿਬ ਨੇ ਜੋ ਵਾਅਦਾ ਲੋਕਾਂ ਨਾਲ ਕੀਤਾ ਸੀ, ਲੋਕਾਂ ਨੇ ਇੱਕੋ ਗੱਲ ਕਹਿ ਰੱਖਿਆ ਸੀ, ਜਿਹੜੇ ਭ੍ਰਿਸ਼ਟਾਚਾਰੀ ਨੇ ਜਾਂ ਅਸੀਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣੀ ਹੈ, ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਅਸੀਂ ਲੋਕਾਂ ਦੇ ਵਿੱਚ ਜੱਗ ਜ਼ਾਹਿਰ ਕਰਾਂਗੇ, ਲੋਕਾਂ 'ਚ ਲੈ ਕੇ ਜਾਵਾਂਗੇ। ਜੇ ਪਿਛਲੀ 5 ਸਾਲ ਦੀ ਸਰਕਾਰ ਚੱਲੀ ਕਾਂਗਰਸ ਦੀ, ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਚੱਕੀ ਸੀ, ਬੜਾ ਕੁਝ ਵਾਅਦੇ ਕੀਤੇ ਸੀ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ, ਉਹਨਾਂ 5 ਸਾਲ ਦੇ ਪੂਰੇ ਨਹੀਂ ਕਰ ਪਾਏ ਕਿ ਉਹਨਾਂ ਨੇ ਆਪਣੀ ਪਾਰਟੀ ਨੇ ਉਹਨਾਂ ਨੂੰ ਢਾਲਿਆ। ਜੇ ਮਾਨ ਸਾਹਿਬ ਨੇ ਪਹਿਲਾਂ ਕੋਈ ਗੱਲ ਕਮੈਂਟਸ ਕੀਤੇ ਸੀ ਉਹ ਪੂਰੇ ਕਰ ਰਹੇ ਆ। ਜੇ ਉਹਨਾਂ ਨੇ ਕਿਹਾ ਸੀ ਮੈਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣੀ, ਭ੍ਰਿਸ਼ਟਾਚਾਰ ਮੁਕਤ ਸਰਕਾਰ ਚੱਲ ਰਹੀ ਹੈ। ਜੇ ਉਹਨਾਂ ਨੇ ਕਿਹਾ ਸੀ ਭ੍ਰਿਸ਼ਟਾਚਾਰੀ ਨੂੰ ਮੈਂ ਬਖਸ਼ਾਂਗਾ ਨਹੀਂ, ਤੁਸੀਂ ਮੈਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ, ਉਹ ਭ੍ਰਿਸ਼ਟਾਚਾਰ ਨੂੰ ਸਾਹਮਣੇ ਲੈ ਕੇ ਆ ਰਹੇ ਆ। ਜਿਹੜੇ ਭ੍ਰਿਸ਼ਟ ਲੋਕ ਨੇ ਜਿਨ੍ਹਾਂ ਨੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਆਪਣੇ ਪਰਿਵਾਰਾਂ ਨੂੰ ਜਾਂ ਆਪਣੇ ਘਰਦਿਆਂ ਨੂੰ ਲੈ ਕੇ ਦਿੱਤੇ ਆ, ਤਾਂ ਨੈਚੁਰਲੀ ਸਾਹਮਣੇ ਆ ਜਾਣੇ ਆ। ਕਿਵੇਂ ਦੇਖਦੇ ਹੋ ਕਿ ਅੱਗੇ ਹੁਣ ਮੂਹਰੇ ਚੋਣਾਂ ਆ ਰਹੀਆਂ ਨੇ, ਕਿ ਚੋਣਾਂ ਨੂੰ ਲੈ ਕੇ ਕੀ ਕਰਕੇ ਉਹਦੀ ਆਮ ਆਦਮੀ ਪਾਰਟੀ ਦੀ ਪੂਰੀ ਤਿਆਰੀ ਹੈ, ਆਮ ਆਦਮੀ ਪਾਰਟੀ ਪੂਰੀ ਪੱਬਾਂ ਭਰ? ਤੁਹਾਨੂੰ ਪਹਿਲਾਂ ਹੀ ਗੱਲ ਕਹੀ ਹੈ, ਸਾਡੀਆਂ 13 ਸੀਟਾਂ ਨੇ ਪਾਰਲੀਮੈਂਟ ਦੀਆਂ,
ਜੇ ਆਪਾਂ ਕੌਰਫਿਨ ਦੀ ਗੱਲ ਕਰ ਰਹੀ ਹੈ, ਲੁਧਿਆਣੇ 'ਚ 95 ਸੀਟਾਂ ਨੇ, ਸਾਡੇ 95 'ਤੇ ਤਿਆਰੀ ਹੈ, 13 ਵਿਧਾਨ ਸਭਾ ਦੀ ਤਿਆਰੀ ਹੈ, ਬਾਕੀ 10 ਯਾਰ ਕਿੰਨੀ ਸਰਪੰਚੀ ਦੀਆਂ ਵੋਟਾਂ ਨੇ, ਸਰਪੰਚੀ ਦੀ ਚੋਣਾਂ ਹੋਣੀਆਂ, ਉੱਥੇ ਵੀ ਸਾਡੀ ਤਿਆਰੀ ਹੈ। ਕਿਉਂਕਿ ਅਸੀਂ ਅੱਜ ਤੋਂ 2 ਮਹੀਨੇ ਪਹਿਲਾਂ ਹੀ ਕਹਿਤਾ ਸੀ ਚੋਣ ਕਮਿਸ਼ਨਰ ਨੂੰ, ਜਦੋਂ ਮਰਜ਼ੀ ਇਲੈਕਸ਼ਨ ਕਰਾਉਣਾ ਅਸੀਂ ਬੈਠੇ ਹਾਂ, ਪਰ ਕਿਤੇ ਨਾ ਕਿਤੇ ਇਹਨਾਂ ਦੇ ਚਲਾਏ ਬੰਦੇ ਜਿਹੜੇ ਅੱਜ ਹਾਈ ਕੋਰਟ ਦੇ ਸੁਪਰੀਮ ਕੋਰਟ 'ਚ ਬੈਠੇ ਆ ਸਟੇਅ ਲੈ ਕੇ, ਜਿਨ੍ਹਾਂ ਨੇ ਚੈਲੰਜ ਕਰਤਾ ਕੋਰਟ ਦੇ ਵਿੱਚ, ਨੈਚੁਰਲੀ ਕੋਰਟ ਦੇ ਹੀ ਫਰਵਰੀ ਦੀ ਕੁਛ ਮਤਲਬ ਕਿ ਡੇਟ ਪਈ ਹੋਈ ਹੈ, ਉਹਦਾ ਰਿਜ਼ਲਟ ਸਾਹਮਣੇ ਆ ਜਾਏਗਾ ਜਦੋਂ ਮਾਨਯੋਗ ਕੋਰਟ ਕੋਈ ਫੈਸਲਾ ਕਰੇਗੀ, ਆਪਾਂ ਇਲੈਕਸ਼ਨ 'ਤੇ ਤਿਆਰ ਬੈਠੇ ਹਾਂ। ਕੀ ਲੱਗਦਾ ਤੁਹਾਨੂੰ ਜਿਹੜਾ ਪੇਂਡੂ ਪੱਧਰ 'ਤੇ ਜਿਹੜਾ ਯੂਥ ਕੇਡਰ ਹੈ, ਜਿਹੜੇ ਯੂਥ ਦੇ ਲੋਕ ਨੇ, ਜਾਂ ਕਹਿ ਲਈਏ ਕਿ ਆਪਣਾ ਇੱਕ ਯੂਥ ਕੋਆਰਡੀਨੇਟਰ ਬੰਦੇ ਲਾ ਹਰ ਪਾਰਟੀ ਲਾਉਂਦੀ ਹੈਗੀ, ਉਹ ਬੂਥਾਂ ਦੇ ਉੱਪਰ ਪੂਰੇ ਕਾਬਜ਼ ਨੇ, ਬੂਥਾਂ ਉੱਪਰ ਪੂਰੇ ਕਾਇਮ ਨੇ? ਸਾਡੀ ਟੀਮ ਬਿਲਕੁਲ ਤਿਆਰ ਹੈ, ਸਾਡੀ ਬੂਥ ਕਮੇਟੀਆਂ ਬਣੀਆਂ ਹੋਈਆਂ ਨੇ, ਜੇ ਅਸੀਂ MLA ਇਲੈਕਸ਼ਨ ਲੜੇ ਸੀ ਉਦੋਂ ਵੀ ਸਾਡੀਆਂ ਬੂਥ ਕਮੇਟੀਆਂ ਤਿਆਰ ਸੀਗੀਆਂ, ਜੇ ਅੱਜ ਸਰਪੰਚੀ ਦੀ ਗੱਲ ਕਰ ਲਈਏ ਸਾਡੀਆਂ ਉੱਥੇ ਹੀ ਬੂਥ ਕਮੇਟੀਆਂ ਤਿਆਰ ਹੈ, ਸਾਨੂੰ ਕੋਈ ਦਿੱਕਤ ਨਹੀਂ ਹੈ, ਲੋਕ ਬਿਲਕੁਲ ਪੱਬਾਂ ਭਰ ਰਹੇ ਜਿਵੇਂ ਤੁਹਾਡੇ ਕਹਿਣ ਮੁਤਾਬਕ, ਔਰ ਅਸੀਂ ਰਿਜ਼ਲਟ ਬਹੁਤ ਵਧੀਆ ਲੈ ਕੇ ਆਵਾਂਗੇ, ਲੋਕ ਰਿਜ਼ਲਟ ਦੇਣਗੇ, ਕਿਉਂਕਿ ਲੋਕ ਫਤਵਾ ਦੇਣਾ ਚਾਹੁੰਦੇ ਆਮ ਆਦਮੀ ਪਾਰਟੀ ਨੂੰ, ਇਸ ਕਰਕੇ ਸਾਡੀ ਤਿਆਰੀ ਹੈ। ਬੱਗਾ ਸਾਹਿਬ, ਆਪਦੀ ਆਪ ਨੂੰ ਮੂਹਰੇ 2024 ਦੇ ਵਿੱਚ ਜਦੋਂ ਅਗਲਾ 2.5 ਵਰ੍ਹਾ ਸ਼ੁਰੂ ਹੋਣਾ, ਤਾਂ ਬੱਗਾ ਸਾਹਿਬ ਆਪਦੇ ਆਪ ਨੂੰ ਪਾਰਟੀ 'ਚ ਕਿੱਥੇ ਖੜ੍ਹਾ ਦੇਖਦੇ ਆ? ਦੇਖੋ, ਪਾਰਟੀ ਵਿੱਚ ਬਹੁਤ ਸਤਿਕਾਰ ਮਿਲਿਆ, ਪਾਰਟੀ ਨੇ ਬਹੁਤ ਪਿਆਰ ਦਿੱਤਾ, ਪਾਰਟੀ ਨੇ ਬਹੁਤ ਆਸ਼ੀਰਵਾਦ ਦਿੱਤਾ, ਮੈਨੂੰ ਟਿਕਟ ਦੇ ਕੇ ਨਵਾਜਿਆ, ਲੋਕਾਂ ਨੇ ਮੈਨੂੰ ਪਿਆਰ ਦੇ ਕੇ, ਸਤਿਕਾਰ ਦੇ ਕੇ, ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ, ਇਸ ਕਰਕੇ ਪਾਰਟੀ ਵੱਲੋਂ ਕੋਈ ਕਮੀ ਨਹੀਂ ਹੈ, ਪਾਰਟੀ ਲੋਕਾਂ ਦੇ ਹਿੱਤ ਵਾਸਤੇ, ਲੋਕਾਂ ਦੇ ਪੱਖ ਵਾਸਤੇ, ਜੇ ਮੈਂ ਆਪਣੇ ਸ਼ਹਿਰ ਦੀ ਗੱਲ ਕਰਾਂ, ਮੈਂ ਆਪਣੇ ਹਲਕੇ ਦੀ ਗੱਲ ਕਰਾਂ, ਬਹੁਤ ਵਧੀਆ ਡਿਵੈਲਪਮੈਂਟ ਹੈ, ਜਿਹੜੀ ਅੱਜ ਮੇਰਾ ਹਲਕਾ 35-40 ਹਜ਼ਾਰ ਤੋਂ ਡਿਵੈਲਪਮੈਂਟ ਤੋਂ ਵਾਂਝਾ ਸੀਗਾ, ਅੱਜ ਘਰ ਘਰ ਮਹੱਲੇ ਮਹੱਲੇ ਦੇ ਵਿੱਚ ਗਲੀਆਂ ਬਣ ਰਹੀਆਂ, ਸੜਕਾਂ ਬਣ ਰਹੀਆਂ, ਟਿਊਬਵੈੱਲ ਲੱਗ ਰਹੇ, ਪਾਣੀ ਦੀ ਲਹਿਣਾ ਪੈ ਰਹੀਆਂ, ਸੀਵਰ ਦੀ ਕੰਮ ਹੋ ਰਹੇ ਨੇ ਅਤੇ ਲਾਈਟਾਂ ਦੇ ਕੰਮ ਹੋ ਰਹੇ ਨੇ, ਤਕਰੀਬਨ ਡਿਵੈਲਪਮੈਂਟ ਲੋਕ ਚਾਹੁੰਦੇ ਨੇ, ਲੋਕ ਮੇਰੇ ਹਲਕੇ 16 ਵਾਰਡ ਨੇ, 16 ਦੇ ਵਿੱਚ ਹੀ ਡਿਵੈਲਪਮੈਂਟ ਚੱਲ ਰਹੀ ਹੈ, ਬਾਖੂਬੀ ਲੋਕ ਪਿਆਰ ਦੇ ਰਹੇ, ਸਤਿਕਾਰ ਦੇ ਰਹੇ। ਜੇ ਮਾਨ ਸਾਹਿਬ ਕਾਹਲੂ ਮਿਨਿਸਟਰੀ ਦੇ ਕੇ ਨਵਾਜਦੇ, ਫਿਰ ਕਿਵੇਂ ਦੇਖਦੇ? ਦੇਖੋ, ਇਹ ਉਹਨਾਂ ਦਾ ਬੜਪਣ ਹੋਏਗਾ, ਜੇ ਸੇਵਾ ਦਾ ਮੌਕਾ ਦੇਣਗੇ, ਬਿਲਕੁਲ ਐਜ਼ ਏ MLA ਵੀ ਕਰ ਰਹੇ ਹਾਂ, ਜੇ ਉਹ ਜਿੱਥੇ ਵੀ ਸੇਵਾ ਲਾਉਣਗੇ ਉਹ ਵੀ ਸੇਵਾ ਕਰਾਂਗੇ, ਐਸੀ ਗੱਲ ਨਹੀਂ ਹੈ, ਲੋਕਾਂ ਦਾ ਪਿਆਰ ਹੈ, ਲੋਕਾਂ ਦਾ ਸਰਕਾਰ ਹੈ, ਔਰ ਸਰਕਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਪਿਆਰ ਮਿਲ ਰਿਹਾ। ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਧੰਨਵਾਦ। ਇਹ ਸਨ ਮਦਨ ਲਾਲ ਬੱਗਾ ਜੀ, ਜਿਨ੍ਹਾਂ ਨੇ ਬਹੁਤ ਸੰਖੇਪ ਸ਼ਬਦਾਂ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ 13 ਦੇ 13 ਲੋਕ ਸਭਾ ਸੀਟਾਂ ਉੱਪਰ ਤਿਆਰ ਹੈ, ਜਿੰਨੇ ਵੀ ਕਾਰਪੋਰੇਸ਼ਨ ਜਾਂ ਸਰਪੰਚੀ ਦੇ ਇਲੈਕਸ਼ਨ ਨੇ ਉਹਨਾਂ ਉੱਪਰ ਲਈ ਤਿਆਰ ਹੈ, ਅਤੇ ਜਿਹੜੇ ਵੀ ਦੂਸ਼ਣਬਾਜ਼ੀ ਦੇ ਇਲਜ਼ਾਮ ਜਾਂ ਕੋਈ ਦੂਸ਼ਣ ਲਾਉਂਦਾ ਆ ਪਾਰਟੀ ਦੇ ਉੱਪਰ, ਬੋਧੇ ਦਾ ਕੰਮ ਹੈ ਅਜਿਹਾ ਕਰਨਾ, ਪਰ ਲੋਕ ਨੇ, ਲੋਕ ਜਿਹੜੇ ਰੱਬ ਨੇ, ਲੋਕ ਦੇਖ ਰਹੇ ਨੇ ਲੋਕਾਂ ਨੂੰ ਸਹੀ ਹੈ ਕੀ ਹੈ, ਗਲਤ ਕੀ ਹੈ, ਉਹ ਲੋਕਾਂ ਨੂੰ ਭਲੀ ਪਤੀ ਜਾਣੀ ਹੈ। ਕੈਮਰਾਮੈਨ ਅਮਿਤ ਦੇ ਨਾਲ ਕੁਲਵੰਤ ਸਿੰਘ ਸਨੋੜਵੀ, ਲੁਧਿਆਣਾ ਲਾਈਵ।